ਖੀਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਗੁਰਬਾਣੀ ਪ੍ਰਸਾਰਣ ਮਾਮਲੇ ਤੇ ਆਹਮੋ ਸਾਹਮਣੇ ਹੋਏ ਬੈਠੇ ਨੇ ਸਰਕਾਰ ਨੇ ਸਿੱਖ ਗੁਰਦੁਆਰ ਐਕਟ ਦੇ ਵਿੱਚ ਸੋਧ ਕੀਤੀ ਜਿਸ ਤੋਂ ਬਾਅਦ ਅੱਜ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ اجلاس ਸੱਦਿਆ ਹੋਇਆ ਸੀ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਪਰ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈਗੇ ਨੇ ਉਹਨਾਂ ਦੇ ਵਿਚਾਰੇ ਤਕਰਾਰ ਕਾਫੀ ਦੇਖਣ ਨੂੰ ਮਿਲੀ ਸੀ ਸੋਸ਼ਲ ਮੀਡੀਆ ਤੇ ਸੀਐਮ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਟਵੀਟ ਕਰਦੇ ਹੋਏ ਹਰਜਿੰਦਰ ਸਿੰਘ ਧਾਮੀ ਦੀ ਚੰਡੀਗੜ੍ਹ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਫੇਰੀ ਦੇ ਉੱਪਰ ਸਵਾਲ ਖੜੇ ਕੀਤੇ ਸੀ ਉਹਨਾਂ ਕਿਹਾ ਸੀ ਕਿ ਬਾਦਲਾਂ ਤੋਂ ਜੋ ਲਿਖਿਆ ਲਿਖਾਇਆ ਉਹੀ ਕੱਲ ਦੇ اجلاس ਦੇ ਵਿੱਚ ਪ੍ਰਧਾਨ ਧਾਮੀ ਬੋਲਣਗੇ ਤਾਂ ਅੱਜ ਪ੍ਰਧਾਨਤਾਮੀ ਬੋਲੇ ਐ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬੋਲੇ ਨੇ ਤੇ ਉਹਨਾਂ ਨੇ ਜੋ ਟਵੀਟ ਕੀਤਾ ਉਸ ਦਾ ਜਵਾਬ ਵੀ ਉਹਨਾਂ ਨੇ ਇਸ ਸਦਨ ਦੀ ਕਾਰਵਾਈ ਦੇ ਦੌਰਾਨ ਦਿੱਤਾ ਹੈ ਸੀਐਮ ਭਗਵੰਤ ਮਾਨ ਦੇ ਬਾਰੇ ਸਭ ਤੋਂ ਪਹਿਲਾਂ ਸੁਣਦੇ ਆ ਕਿ ਕੀ ਕਿਹਾ ਹਰਜਿੰਦਰ ਸਿੰਘ ਧਾਮੀ ਨੇ ਮਾਨ ਸਾਹਿਬ ਮੈਂ ਧਾਮੀ ਹਰਜਿੰਦਰ ਸਿੰਘ ਮੈਨੂੰ 68 ਸਾਲ ਦਾ ਹੋ ਗਿਆ 48 ਸਾਲ ਦੀ ਬਕਾਲਤ ਮੈਨੂੰ ਡਿਕਟੇਟ ਕਰਕੇ ਕੰਮ ਨਹੀਂ ਚੱਲਦਾ ਤੈਨੂੰ ਤਾਂ ਦਿੱਲੀ ਤੋਂ ਲਾਈਨ ਆਉਂਦੀ ਆ ਤੂੰ ਤਾਂ ਦਿੱਲੀ ਤੋਂ ਲੈ ਕੇ ਬਾਬੂ ਕੇਜਰੀਬਾਲ ਤੋਂ ਲੈ ਕੇ ਲਾਈਨ ਇੱਥੇ ਬੋਲਦਾ ਆ ਐਵੇਂ ਨਹੀਂ ਹੋ ਰਿਹਾ ਇਹ ਉਹਦੀ ਚਾਲ ਆ ਬਾਬੂ ਕੇਜਰੀਵਾਲ ਦੀ ਕਿ ਪੰਜਾਬ ਦੇ ਵਿੱਚ ਰਾਜ ਸਤਾ ਦੇ ਨਾਲ ਹੁਣ ਧਾਰਮਿਕ ਹੱਤਾਂ ਨੂੰ ਵੀ ਸਤਾ ਲਾ ਇਹ ਹਥਿਆਉਣ ਦੀ ਤਾਕਤ ਆ ਸਿੱਖਾਂ ਨੇ ਕਦੇ ਬਰਦਾਸ਼ਤ ਨਹੀਂ ਕੀਤੀ ਤੇ ਫਿਰ ਟੀਚਰਾਂ ਕਰੋਗੇ ਤੁਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿੱਥੇ ਜਾਂਦਾ ਫਿਰ ਰਾਤ ਨੂੰ ਨੀਂਦ ਵੀ ਆ ਜਾਂਦੀ ਫਿਰ ਪੇ ਕੀ ਹੋ ਰਿਹਾ ਇੰਨੀ ਵੀ ਆਪਾਂ ਜਿਹਨੂੰ ਕਹ ਲਈਏ ਬਈ ਆਪਣਾ ਸੰਕੋਚ ਨਾ ਹੋਈਏ ਪੇ ਆਪਣੇ ਆਪ ਤੋਂ ਬਾਹਰ ਹੋ ਜਾਈਏ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਬੋਲਣ ਨੂੰ ਮੈਂ ਬਾਅਦ ਵਿੱਚ ਵੀ ਬੋਲੂਗਾ ਅੱਜ ਦੀ ਜੋ ਇਕਤਤਾ ਹੋਈ ਹੈ ਜਾਂ ਅੱਜ ਦਾ ਜੋ اجلاس ਸੱਦੇਗਾ ਇਸ ਦੇ ਵਿੱਚ ਫੈਸਲੇ ਜੋ ਲਏ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਤਕ ਦੌਰ ਦੇ ਉੱਪਰ ਮਾਫੀ ਮੰਗਣ ਦੀ ਲਈ ਕਿਹਾ ਹੋਇਆ ਤੇ ਦੂਸਰਾ ਇਸ ਦੇ ਵਿੱਚ ਜੋ ਸਰਕਾਰ ਨੇ ਸੋਧ ਕੀਤੀ ਸੀ ਸਿੱਖ ਗੁਰਦੁਆਰਾ ਐਕਟ ਉਸ ਨੂੰ ਖਾਰਜ ਕਰ ਦਿੱਤਾ ਗਿਆ ਸਦਨ ਵੱਲੋਂ ਤੇ ਇਹ ਪਾਸ ਕੀਤਾ ਗਿਆ ਕਿ ਸਦਨ ਦੇ ਜਿਹੜਾ ਹੈਗਾ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰ ਜਿਹੜੇ ਹੈਗੇ ਉਹ ਕਮੇਟੀ ਦੇਖੇਗੀ ਤੇ ਕੋਈ ਵੀ ਸਰਕਾਰ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਨਹੀਂ ਕਰ ਸਕੇਗੀ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਹੈਗਾ ਆਪ ਨਹੀਂ ਪੇਸ਼ਕਸ਼ ਕਰਦੀ